ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਕਿਵੇਂ ਹੋਈ ਸਾਰੇ ਵਧੀਆ ਹੀ ਠੀਕ ਠਾਕ ਹੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਜਿਵੇਂ ਆਪਾਂ ਨੇ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਜੀ ਹੁਣ ਆਪਾਂ ਅੱਜ ਤੁਹਾਨੂੰ ਦੱਸਾਂਗੇ ਵੀ ਤੁਸੀਂ ਆਪਣਾ ਜਿਹੜਾ ਗ੍ਰੀਨ ਪਾਸ ਆਈ ਇਹੋ ਕਿਵੇਂ ਡਾਊਨਲੋਡ ਕਰ ਸਕਦੇ ਆ ਉਹਨੂੰ ਕਿਵੇਂ ਦੇਖ ਸਕਦੇ ਆ ਜੇ ਤੁਹਾਡੇ ਪਹਿਲੀ ਡੋਜ਼ ਲੱਗੀ ਆ ਤਾਂ ਵੀ ਤੁਸੀਂ ਆਪਣਾ ਜਿਹੜਾ ਗ੍ਰੀਨ ਪਾਸ ਆਈ ਉਹਨੂੰ ਦੇਖ ਸਕਦੇ ਆ ਵੀ ਜਿਹੜਾ ਤੁਹਾਡਾ ਗ੍ਰੀਨ ਪਾਸ ਬਣਿਆ ਜੇ ਤੁਹਾਡੇ ਦੂਜੀ ਲੱਗੀ ਆ ਤਾਂ ਵੀ ਤੁਸੀਂ ਦੇਖ ਸਕਦੇ ਆ ਜੀ ਆਪਣਾ ਗ੍ਰੀਨ ਪਾਸ ਵੀ ਦੂਜੀ ਵਾਲਿਆਂ ਤਾਂ ਚਲੋ ਇਹ ਮਿਲੇ ਜਾਂਦਾ ਤੇ ਪਹਿਲੀ ਵਾਲਿਆਂ ਨੂੰ ਵੀ ਜਿਵੇਂ ਹੁਣ ਜਿਹੜੀ ਤੁਹਾਡੀ ਆਈਓ ਐਪ ਆ ਤੇ ਉਹਦੇ ਵਿੱਚ ਤੁਹਾਡਾ ਜਿਹੜਾ ਗ੍ਰੀਨ ਪਾਸ ਆਈ ਉਹ ਤੁਹਾਨੂੰ ਮਿਲ ਜਣਾ ਹੀ ਉੱਥੇ ਤੁਸੀਂ ਆਪਣਾ ਫੋਨ ਦੇ ਵਿੱਚ ਸਕਰੀਨ ਸ਼ਾਟ ਲੈ ਸਕਦੇ ਆ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਈ ਆਪਾਂ ਨੂੰ ਸਪੋਰਟ ਕਰਨੀ ਚਾਹੁੰਦੇ ਆ ਤਾਂ ਇਹ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਵੱਧ ਤੋਂ ਵੱਧ ਜਿਹੜੀ ਵੀਡੀਓ ਆਈ ਇਹਨੂੰ ਸ਼ੇਅਰ ਕਰੇ ਕਰੋ ਇਹ ਸਾਰਿਆਂ ਤੱਕ ਵੀਡੀਓ ਪਹੁੰਚਾਏ ਕਰੋ ਤਾਂ ਕਿ ਜਿਹੜੀਆਂ ਐਦਾਂ ਦੀਆਂ ਵੀਡੀਓ ਹੀ ਰੈਗੂਲਰ ਆਪਾਂ ਤੁਹਾਡੇ ਤੱਕ ਪਹੁੰਚਾਏ ਕਰੀਏ ਤੇ ਜਿਨ੍ਹਾਂ ਨੇ ਇਹ ਆਪਣੀ ਕੱਲ ਵਾਲੀ ਵੀਡੀਓ ਨਹੀਂ ਦੇਖੀ ਵੀ ਕੈਸ਼ਬੈਕ ਜਿਹੜਾ ਹੀ ਕੈਸ਼ਬੈਕ ਜਿਹੜਾ ਪੈਸੇ ਤੁਹਾਨੂੰ ਵਾਪਸ ਆਏ ਆ ਤਾਂ ਇਹੋ ਵੀਡੀਓ ਕੱਲ ਵਾਲੀ ਵੀਡੀਓ ਵੀ ਜਰੂਰ ਦੇਖਿਓ ਤਾਂ ਕਿ ਉਹਦੇ ਨਾਲ ਤੁਹਾਨੂੰ ਹੈਲਪ ਹੋ ਸਕੇ ਵੀ ਕਿਵੇਂ ਤੁਸੀਂ ਆਪਣਾ ਚੈੱਕ ਕਰਨਾ ਜਿਹੜੇ ਤੁਹਾਨੂੰ ਪੈਸੇ ਵਾਪਸ ਆਏ ਆ ਤੇ ਹੁਣ ਆਪਾਂ ਹੀ ਸਭ ਤੋਂ ਪਹਿਲਾਂ ਅੱਜ ਦੀ ਅਪਡੇਟ ਤੁਹਾਨੂੰ ਦੇ ਦੇ ਦਿੰਦੇ ਆ ਜੀ ਅੱਜ ਕਿੰਨੇ ਕੇਸ ਇਟਲੀ ਦੇ ਵਿੱਚ ਐਂਟਰ ਹੋਏ ਆ ਤੇ ਅੱਜ ਦੀ ਕੀ ਹਾਲਾਤ ਆਈ ਅੱਜ ਦੀ ਕੀ ਸਥਿਤੀ ਆ ਤੇ ਅੱਜ ਗੱਲ ਕਰੀ ਜੀ ਜਿਹੜੇ ਕੇਸ ਨਿਊ ਕੇਸ ਐਂਟਰ ਹੋਏ ਆ ਤਾਂ 808 ਕੇਸ ਨਿਊ ਨਵੇਂ ਕੇਸ ਐਂਟਰ ਹੋਏ ਆ ਜਿਹੜੇ ਉਹ ਆ ਤੇ ਅੱਜ ਹੋਈ ਆਈ ਡੈਥ 12 ਜਣਿਆਂ ਦੀ ਅੱਜ ਡੈਥ ਹੋਈ ਆ ਤੇ ਜਿਹੜੇ ਠੀਕ ਹੋਏ ਆਈ ਅੱਜ ਜਿਹੜੇ ਰਿਕਵਰ ਹੋਏ ਆ ਬੰਦੇ ਉਹ ਹੈਗਾ 1706 ਬੰਦਾ ਹੀ ਅੱਜ ਠੀਕ ਹੋਇਆ 1706 ਬੰਦਾ ਠੀਕ ਹੋਇਆ ਹੀ ਅੱਜ ਤੇ ਤੁਹਾਨੂੰ ਹੀ ਟੋਟਲ ਸਾਲਾ ਇੱਕ ਵਾਰੀ ਸ਼ੈਡੂਲ ਦੱਸ ਵੀ ਦੰਦੇ ਆ ਤਾਂ ਟੋਟਲ ਕੇਸਾਂ ਦੀ ਗਿਣਤੀ ਹੋ ਚੁੱਕੀ ਹੈ ਜੀ ਹੁਣ ਤੱਕ ਹੀ 42 ਲੱਖ ਨੂੰ ਕਰਾਸ ਕਰ ਚੁੱਕੇ ਆ ਤੇ ਇਹਦੇ ਵਿੱਚ ਹੁਣ ਤੱਕ ਹੀ ਕੋਵਿਡ ਦੇ ਕਰਕੇ ਜਿਹੜੇ ਲੋਕਾਂ ਦੀ ਡੈਥ ਹੋਈ ਹੈ ਜੀ ਇਟਲੀ ਦੇ ਵਿੱਚ ਉਹ 127649 ਬੰਦੇ ਦੀ ਡੈਥ ਹੋ ਚੁੱਕੀ ਹੈ ਜੀ ਕੋਵਿਡ ਦੇ ਕਰਕੇ ਤੇ ਜਿਹੜੇ ਠੀਕ ਹੋਏ ਆ ਜੀ 42 ਲੱਖ ਦੇ ਵਿੱਚੋਂ ਤਕਰੀਬਨ 40 ਲੱਖ ਤੋਂ ਉੱਪਰ 41 ਲੱਖ ਬੰਦਾ ਹੀ ਰੱਖੋ ਜੀ 91040 91000 ਬੰਦਾ ਠੀਕ ਹੋ ਚੁੱਕੇ ਆ ਤੇ ਗੱਲ ਕਰੀਏ ਆਪਾਂ ਐਕਟਿਵ ਕੇਸਾਂ ਦੀ ਤਾਂ ਜਿਹੜੇ ਹੁਣ ਐਕਟਿਵ ਕੇਸ ਆਈ ਜਿਹੜੇ ਇਟਲੀ ਚ ਹਜੇ ਬੰਦੇ ਪੋਜ਼ਿਟਿਵ ਹੈਗੇ ਆ ਤਾਂ ਹੀ ਉਹਨਾਂ ਦੀ ਗਿਣਤੀ ਹੈਗੀ ਆ 44664 ਹਜੇ ਤਕਰੀਬਨ ਹੀ 44000 ਬੰਦਾ ਪੋਜ਼ਿਟਿਵ ਦੇ ਜਿਹੜੇ ਪੋਜ਼ਿਟਿਵ ਬੰਦੇ ਆ ਉਹ ਉਹ ਆ ਵੀ ਜਿਹੜੇ ਬੰਦੇ ਹਜੇ ਕੋਵਿਡ ਦੇ ਨਾਲ ਲੜ ਰਹੇ ਆ ਜਕੜ ਰਹੇ ਆਈ ਉਹ ਆਈ 44664 ਬੰਦਾ ਤੇ ਜਿਹੜੇ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਜਿਨ੍ਹਾਂ ਦੀ ਹਾਲ ਤੱਕ ਗੰਭੀਰ ਹੈ ਜਿਆਦਾ ਉਹ ਹੈਗਾ ਜੀ 197 ਬੰਦਾ ਉਹ ਆ ਤੇ ਇਸ ਤੋਂ ਬਾਅਦ ਚਲਦੇ ਆ ਜੀ ਆਪਾਂ ਅਗਲੀ ਖਬਰ ਦੇ ਵੱਲ ਜਿਹੜੀ ਅਗਲੀ ਖਬਰ ਆਈ ਉਹ ਹੈਗੀ ਆ ਬਰੇਸ਼ੀਆ ਤੋਂ ਹੀ ਤੇ ਬੰਦਾ ਇੱਕ ਪੁਲਿਸ ਦੇ ਵੱਲੋਂ ਅਰੈਸਟ ਕੀਤਾ ਗਿਆ ਇਹ ਉਹ ਰੈਸਟ ਕਿਹੜੀ ਵਜ੍ਹਾ ਤੋਂ ਕੀਤਾ ਗਿਆ ਜੀ ਕਿਉਂਕਿ ਉਹ ਬਿਜਲੀ ਚੋਰੀ ਕਰਦਾ ਸੀਗਾ ਜੀ ਜਿਵੇਂ ਇੰਡੀਆ ਦੇ ਵਿੱਚ ਬਿਜਲੀ ਵਾਲੇ ਛਾਪੇ ਮਾਰਦੇ ਸੀਗੇ ਜੀ ਪਹਿਲਾਂ ਜਦੋਂ ਆਪਣੇ ਮੀਟਰ ਘਰਾਂ ਦੇ ਵਿੱਚ ਹੁੰਦੇ ਸੀਗੇ ਚਲੋ ਹੁਣ ਤਾਂ ਕਾਫੀ ਜਿਆਦਾ ਕਿ ਕੰਮ ਘਟ ਗਈ ਇਦਾਂ ਦੇ ਕੰਮ ਹੁੰਦੇ ਨਹੀਂ ਹੈਗੇ ਜਦੋਂ ਪਹਿਲਾਂ ਘਰਾਂ ਦੇ ਵਿੱਚ ਮੀਟਰ ਹੁੰਦੇ ਸੀਗੇ ਜਿਵੇਂ ਇਦਾਂ ਦੀਆਂ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਸੀਗੀਆਂ ਵੀ ਅੱਜ ਬਿਜਲੀ ਵਾਲਿਆਂ ਨੇ ਉਹਦੀ ਕੁੰਡੀ ਫੜ ਲਈ ਉਹਦੀ ਫੜ ਲਈ ਤਾਂ ਇਦਾਂ ਹੀ ਇੱਕ ਹੁਣ ਬੰਦਾ ਹੀ ਜਿਹੜਾ ਉਹ ਰੈਸਟ ਕੀਤਾ ਗਿਆ ਹੀ ਪੁਲਸ ਦੇ ਵੱਲੋਂ ਬਿਜਲੀ ਚੋਰੀ ਕਰਦਾ ਸੀਗਾ ਜੀ ਤੇ ਉਹਨੇ ਸੇਰੇ ਬਣਾਏ ਸੀਗੇ ਤੇ ਸੇਰਿਆਂ ਦੇ ਵਿੱਚ ਜਿਵੇਂ ਉਹਦੇ ਕਰਕੇ ਉਹਨੂੰ ਬਿਜਲੀ ਦੀ ਲੋੜ ਸੀਗੀ ਤੇ ਉਹਦੇ ਕਰਕੇ ਉਹ ਬਿਜਲੀ ਚੋਰੀ ਕਰਦਾ ਸੀਗਾ ਤੇ ਹੋਰ ਇਹਦੇ ਨਿਊਜ਼ ਤੇ ਵਿੱਚ ਦੱਸਿਆ ਹੋਇਆ ਸੀਗਾ ਵੀ ਕੁਛ ਉਹਨੇ ਇਦਾਂ ਦੇ ਪੌਦੇ ਲਗਾਏ ਹੋਏ ਸੀਗੇ ਵੀ ਆਪਣੇ ਸੇਰੀਆਂ ਦੇ ਵਿੱਚ ਵੀ ਡਰੱਗਸ ਦਾ ਵੀ ਕੰਮ ਕਰਦਾ ਸੀਗਾ ਤੇ ਉਹਦੇ ਕਰਕੇ ਵੀ ਜਿਹੜੀ ਉਹਦੀ ਬਿਜਲੀ ਸੀਗੀ ਜਾਦਾ ਵਰਤੋਂ ਦੇ ਵਿੱਚ ਜਿਆਦਾ ਆਉਂਦੀ ਸੀਗੀ ਤੇ ਇਹਦੇ ਕਰਕੇ ਉਹ ਬਿਜਲੀ ਚੋਰੀ ਕਰਦਾ ਸੀਗਾ ਯਰੋਂਡ ਦੱਸਿਆ ਜਾ ਰਿਹਾ ਵੀ ਜਿਹੜਾ ਉਹਦਾ ਖਰਚਾ ਸੀਗਾ ਵੀ ਉਹ 50000 ਐਰੋ ਤੱਕ ਜਿਹੜਾ ਉਹਦਾ ਖਰਚਾ ਆਉਣਾ ਸੀਗਾ ਵੀ ਜੇ ਉਹ ਬਿਜਲੀ ਦਾ ਸਾਰਾ ਸਿਸਟਮ ਲਗਾਉਂਦਾ ਆਪਣੇ ਸੇਰੀਆਂ ਦੇ ਵਿੱਚ ਤੇ ਇਹ ਦੇ ਕਰਕੇ ਉਹ ਆਪਣਾ ਖਰਚਾ ਬਚਾਉਣ ਦੇ ਲਈ ਬਿਜਲੀ ਚੋਰੀ ਕਰਦਾ ਸੀਗਾ ਤੁਹਾਨੂੰ ਪਤਾ ਹੀ ਫਿਰ ਇਹ ਦੋ ਨੰਬਰ ਵਾਲੇ ਕੰਮ ਘੱਟ ਟਾਈਮ ਹੀ ਚੱਲਦੇ ਆ ਤੇ ਪੁਲਿਸ ਨੇ ਅੰਤ ਨੂੰ ਹੀ ਉਹਨੂੰ ਹੁਣ ਅਰੈਸਟ ਕੀਤਾ ਹੀ ਹੁਣ ਜਿਹੜੀ ਅਗਲੀ ਕਾਰਵਾਈ ਹੋਗੀ ਉਹ ਪੁਲਿਸ ਕਰ ਰਹੀ ਆ ਤੇ ਇਸ ਤੋਂ ਬਾਅਦ ਚੱਲਦੇ ਆਈ ਆਪਾਂ ਨੈਕਸਟ ਅਪਡੇਟ ਦੇ ਵੱਲ ਤੇ OMS ਦਾ ਕਹਿਣਾ ਹੈ ਕਿ ਜਿਵੇਂ ਯੂਰਪ ਦੀਆਂ ਕੁਝ ਇਦਾਂ ਦੀਆਂ ਕੰਟਰੀਆਂ ਵੀ ਜਿੱਥੇ ਹੁਣ ਕੇਸ ਵੱਧ ਆ ਰਹੇ ਆਈ ਤੇ ਗੱਲ ਕਰੀਏ ਜਰਮਨ ਦੀ ਤਾਂ ਜਰਮਨ ਦੀ ਜਿਹੜੀ ਹਾਲਤਾਈ ਇਹੋ ਕਾਫੀ ਹੱਦ ਤੱਕ ਠੀਕ ਆ ਤੇ ਪੋਲੈਂਡ ਦੀ ਵੀ ਜਿਹੜੀ ਹਾਲਤ ਆਈ ਉਹ ਠੀਕ ਆ ਤੇ ਕੁਝ ਯੂਰਪ ਦੀਆਂ ਇਦਾਂ ਦੀਆਂ ਕੰਟਰੀਆਂ ਹੈਗੀਆਂ ਵੀ ਜਿੱਥੇ ਕੇਸ ਹੁਣ ਪਿਛਲੇ 2 ਮਹੀਨਿਆਂ ਚ ਘਟੇ ਸੀਗੇ ਤੇ ਹੁਣ ਕੇਸ ਵਧਣੇ ਸ਼ੁਰੂ ਹੋਏ ਆ ਤੇ ਗੱਲ ਕਰੀਏ ਹੀ ਆਪਾਂ ਰੂਸ ਦੀ ਤਾਂ ਰੂਸ ਦੇ ਵਿੱਚ 25000 ਤੋਂ ਵੱਧ ਜਿਹੜੇ ਕੇਸ ਅੱਜ ਆਏ ਆ ਤੇ ਇਹਦੇ ਨਾਲ ਹੀ ਆਪਾਂ ਤੁਹਾਨੂੰ ਯੂਕਰੇਨ ਦੇ ਵਿੱਚ 350 ਕੇਸ ਤੇ ਪੁਰਤਗਾਲ ਦੀ ਗੱਲ ਕਰੀਏ ਅੱਜ ਜਿਹੜੇ ਪੁਰਤਗਾਲ ਦੇ ਵਿੱਚ ਕੇਸ ਆਏ ਆ ਤਾਂ ਇਹ 2041 ਨਿਊ ਕੇਸ ਆਏ ਆ ਤੇ ਗ੍ਰੀਸ ਦੇ ਵਿੱਚ 600 ਹੀ 617 ਕੇਸ ਗ੍ਰੀਸ ਦੇ ਵਿੱਚ ਆਏ ਆ ਇਹ ਤੇ ਛੇ ਜਾਨੀਆਂ ਦੀ ਹੋਈ ਹੈ ਉੱਥੇ ਡੈਥ ਤੇ ਇਹਨਾਂ ਦਾ ਕਹਿਣਾ ਹੈ ਵੀ ਜਿਹੜੇ ਇੱਥੇ ਹੁਣ ਕੇਸ ਵੱਧ ਰਹੇ ਆਈ ਓਐਮਐਸ ਦਾ ਕਹਿਣਾ ਹੈ ਵੀ ਜਿਵੇਂ ਹੁਣ ਯੂਰਪ ਦੇ ਵਿੱਚ ਜੇ ਹੁਣ ਮੁੜ ਕੇ ਕੇਸ ਵੱਧਦੇ ਆ ਤਾਂ ਇਹ ਜਿਵੇਂ ਪਹਿਲਾਂ ਵਾਲੀ ਸਿਚੁਏਸ਼ਨ ਆ ਵੀ ਪਹਿਲਾਂ ਵਾਲੇ ਰੂਲ ਜਿਹੜੇ ਰੈਗੂਲੇਸ਼ਨ ਉਹ ਉਦਾਂ ਹੀ ਫੇਰ ਹੋ ਜਣੇ ਤੇ ਜਿਵੇਂ ਪਹਿਲਾਂ ਹੀ ਅਗਸਤ ਦੀਆਂ ਜਿਵੇਂ ਪਿਛਲੇ ਸਾਲ ਵੀ ਅਗਸਤ ਤੋਂ ਬਾਅਦ ਵੀ ਅਕਤੂਬਰ ਦੇ ਵਿੱਚ ਇਹਨਾਂ ਨੇ ਓਪਨ ਕਰਤਾ ਸੀਗਾ ਇਹ ਸਾਰਾ ਕੁਝ ਵੀ ਅਗਸਤ ਤੋਂ ਬਾਅਦ ਜਿਹੜੀ ਸਿਚੁਏਸ਼ਨ ਖਰਾਬ ਹੋਈ ਸੀਗੀ ਤੇ ਇਦਾਂ ਹੀ ਵੀ ਜਿਵੇਂ ਹੁਣ ਥੋੜਾ ਜਿਹਾ ਹੁਣ ਵੀ ਚਾਂਸ ਹੈਗੇ ਆ ਵੀ ਜੇ ਇਦਾਂ ਹੀ ਹਾਲਤ ਖਰਾਬ ਹੁੰਦੀ ਆਈ ਜੇ ਕੇਸ ਵੱਧਦੇ ਆ ਤਾਂ ਮੁੜ ਕੇ ਜਿਹੜੀ ਪਹਿਲਾਂ ਵਾਲੀ ਸਥਿਤੀ ਆਈ ਸਾਰੇ ਰੂਲ ਰੂਲ ਵਗੈਰਾ ਸਾਰੇ ਉਦਾਂ ਹੀ ਫੇਰ ਮੁੜ ਕੇ ਆਪਾਂ ਤੇ ਫੋਲੋ ਹੋਣਗੇ ਵੀ ਜਿਵੇਂ ਹੁਣ ਸਾਰੀਆਂ ਪਾਬੰਦੀਆਂ ਹਰੇਕ ਕੰਟਰੀ ਘਟਾ ਰਹੀ ਆ ਵੀ ਉਹਨਾਂ ਦਾ ਕਹਿਣਾ ਵੀ ਇੰਨੀ ਸ਼ੂਟ ਨਾ ਦਿਓ ਵੀ ਜਿਹੜੀ ਕੁਝ ਪਾਬੰਦੀਆਂ ਵੀ ਜਿਹੜੀਆਂ ਕੁਝ ਕੰਟਰੀਆਂ ਵੀ ਉਹਨਾਂ ਨੇ ਤਾਂ ਹੀ ਮਾਸਕ ਨੂੰ ਵੀ ਕਿ ਆਪਣਾ ਬੰਦ ਕਰਤਾ ਵੀ ਤੁਸੀਂ ਮਾਸਕ ਵੀ ਤੁਹਾਡੇ ਲਈ ਜ਼ਰੂਰੀ ਨਹੀਂ ਹੈਗਾ ਵੀ ਇਹਨਾਂ ਇੰਨੀ ਆਜ਼ਾਦੀ ਨਾਲ ਦੋ ਵੀ ਜਿਵੇਂ ਹੁਣ ਟੂਰਿਸਟ ਦਾ ਟਾਈਮ ਆਈ ਗਾਹਾਂ ਟੂਰਿਸਟ ਨੇ ਆਉਣਾ ਹੈ ਗਾਸਤ ਦੀਆਂ ਛੁੱਟੀਆਂ ਹੋਣੀਆਂ ਤੇ ਉਹਦੇ ਕਰਕੇ ਉਹ ਕਹਿ ਰਹੇ ਆ ਵੀ ਥੋੜਾ ਜਿਹਾ ਵੀ ਯੂਰਪ ਵਾਲੇ ਆਪਣੀਆਂ ਜਿਹੜੀਆਂ ਯੂਰਪ ਦੀਆਂ ਕੰਟਰੀਆਂ ਉਹ ਥੋੜਾ ਜਿਹੀ ਰੂਲ ਰੈਗੂਲੇਸ਼ਨ ਵੱਲ ਵੀ ਧਿਆਨ ਦੇਣ ਵੀ ਜਿਆਦਾ ਹੀ ਬਿਲਕੁਲ ਨਾ ਪਾਬੰਦੀਆਂ ਹਟਾਉਣ ਵੀ ਇਹਦੇ ਨਾਲ ਜਿਹੜੇ ਮੁੜ ਕੇ ਕੋਵਿਡ-19 ਆਈ ਇਹੋ ਬੱਸ ਸਕਦਾ ਹੈ ਤੇ ਹੁਣ ਇਸ ਤੋਂ ਬਾਅਦ ਹੀ ਗੱਲ ਕਰਦੇ ਆਂ ਆਪਾਂ ਗ੍ਰੀਨ ਪਾਸ ਦੀ ਤੇ ਹੁਣ ਮੈਂ ਸਾਈਡ ਤੇ ਜਿਵੇਂ ਤੁਹਾਨੂੰ ਕੱਲ ਆਪਾਂ ਇਹ ਵੀਡੀਓ ਸਾਈਡ ਤੇ ਚਲਾਈ ਸੀਗੀ ਰਾਈਟ ਸਾਈਡ ਤੇ ਉਦਾਂ ਹੀ ਆਪਾਂ ਹੀ ਮੈਂ ਵੀਡੀਓ ਚ ਤੁਹਾਨੂੰ ਉਦਾਂ ਹੀ ਦਿਖਾਵਾਂਗਾ ਤੇ ਸਭ ਤੋਂ ਪਹਿਲਾਂ ਹੀ ਆਪਾਂ ਚੱਲਦੇ ਆਂ ਹੁਣ ਆਈਓ ਐਪ ਦੇ ਵਿੱਚ ਤੇ ਲੋਈ ਆਪਾਂ ਐਪ ਦੇ ਵਿੱਚ ਆ ਚੁੱਕੇ ਆਂ ਤੇ ਇੱਥੇ ਇਹ ਪੁੱਛ ਰਿਹਾ ਜੀ ਕੋਡ ਜਾਂ ਫਿਰ ਤੁਸੀਂ ਆਪਣਾ ਫਿੰਗਰਪ੍ਰਿੰਟ ਲਾ ਸਕਦੇ ਆਂ ਤੇ ਆਹ ਦੇਖੋ ਜੀ ਐਪ ਆਪਣੀ ਖੁੱਲ ਗਈ ਤੇ ਆਹ ਦੇਖੋ ਜੀ ਪਹਿਲੀ ਉਹ ਆਪਸ਼ਨ ਆ ਉੱਤੇ ਤੁਹਾਨੂੰ ਪਹਿਲੇ ਹੀ ਆਇਆ ਹੋਇਆ ਹੁਣ ਆਈ ਚਾਤੀ ਫਿਕਾ ਤੋਂ ਕੋਵਿਡ-19 ਵੀ ਇਹ ਜਿਹੜਾ ਈਯੂ ਡਿਜੀਟਲ ਕੋਵਿਡ ਚਾਤੀ ਫਿਕਾ ਤੋਂ ਇਹ ਹੁੰਦਾ ਹੀ ਕੋਵਿਡ ਦਾ ਹੀ ਪਹਿਲੇ ਤੇ ਹੀ ਆਪਾਂ ਨੇ ਕਲਿੱਕ ਕਰ ਦੇਣਾ ਤੇ ਆਹ ਦੇਖੋ ਜੀ ਖੁੱਲ ਜਣਾ ਇਹ ਵੀ ਇਹ ਤੁਹਾਡਾ ਹੈਗਾ ਗ੍ਰੀਨ ਪਾਸ ਤੇ ਇਹਦੀ ਇਹਦਾ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਆ ਵੀ ਜੇ ਤੁਸੀਂ ਕਿਸੇ ਕੰਟਰੀ 'ਚ ਵਿਜ਼ਿਟ ਕਰਨੇ ਜਾਣਾ ਹੁਣ ਵੀ ਤੁਹਾਡੇ ਦੋ ਡੋਜ਼ਾਂ ਜਿਹੜੀਆਂ ਇਹੋ ਕੰਪਲੀਟ ਹੋ ਗਈਆਂ ਤਾਂ ਤੁਹਾਨੂੰ ਕੋਈ ਵੀ ਉਹ ਨਹੀਂ ਹੈਗਾ ਵੀ ਯੂਰਪ ਦੇ ਵਿੱਚ ਇਹ ਥੋੜਾ ਚੱਲ ਸਕਦਾ ਤੇ ਇਦਾਂ ਹੀ ਸਿਰਫ ਕੁਝ ਨਹੀਂ ਭਰਨਾ ਹੈਗਾ ਜੀ ਤੁਸੀਂ ਤੁਹਾਨੂੰ ਪਹਿਲਾਂ ਹੀ ਉੱਪਰ ਜਿਹੜੀ ਇਹ ਐਪ ਆ ਤਾਂ ਉਹਦੇ ਵਿੱਚ ਆਪਸ਼ਨ ਆਈ ਹੋਊਗੀ ਆ ਥੱਲੇ ਜਿਹੜੀ ਸੇਫ ਦੀ ਆਪਸ਼ਨ ਵੀ ਆਈ ਹੋਈ ਆ ਤੇ ਥੱਲੇ ਤੁਹਾਡਾ ਹੀ ਨਾਮ ਹੋਊਗਾ ਕਨਿਓਮੇ ਨੌਵੇਂ ਤੇ ਡੇਟ ਆਫ ਬਰਥ ਹੋਊਗੀ ਤੁਹਾਡੀ ਤੇ ਇਹਨੂੰ ਤੁਸੀਂ ਸੇਵ ਕਰ ਸਕਦੇ ਆ ਜੀ ਤੁਹਾਨੂੰ ਰਾਈਟ ਸਾਈਡ ਸੇਵ ਵੀ ਵੀ ਆਪਸ਼ਨ ਆਈ ਹੋਊਗੀ ਤੇ ਬਸ ਇੰਨਾ ਕੰਮ ਆਈ ਕੋਈ ਜ਼ਿਆਦਾ بڑا ਕੰਮ ਨਹੀਂ ਹੈਗਾ ਤੇ ਐਦਾਂ ਤੁਸੀਂ ਆਪਣਾ ਜਿਹੜਾ ਗ੍ਰੀਨ ਪਾਸ ਆਈ ਉਹਨੂੰ ਸੇਵ ਕਰ ਸਕਦੇ ਆ ਡਾਊਨਲੋਡ ਕਰ ਸਕਦੇ ਆ ਜਾਂ ਫਿਰ ਉਹਦਾ ਸਕਰੀਨਸ਼ਾਟ ਲੈ ਸਕਦੇ ਆ ਕਿਉਂਕਿ ਜਿਹੜਾ ਮੋਲ ਆਈ ਉਹ ਸਕੈਨਰ ਕੋਡ ਦਾ ਆ ਵੀ ਜਿਹੜਾ ਇਹ ਸਕੈਨਿੰਗ ਕੋਡ ਆ ਇਹਦਾ ਹੀ ਆ ਤੇ ਬਾਕੀ ਫਿਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਸਾਰਿਆਂ ਦੇ ਨਾਲ ਸ਼ੇਅਰ ਕਰਿਓ ਤੇ ਦੱਸਿਓ ਵੀ ਕੰਟੈਂਟ ਆਪਣਾ ਕਿਦਾਂ ਦਾ ਲੱਗਦਾ ਜੀ ਤੁਹਾਨੂੰ ਤੇ ਹੋਰ ਜਿਵੇਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਆਈ ਹੁਣ ਲਗਾਤਾਰ ਰੈਗੂਲਰ ਆਉਣਗੀਆਂ ਆਪਣੀਆਂ ਜਿਵੇਂ ਜਿਹੜੀ ਰੋਜ਼ ਦੀ ਅਪਡੇਟ ਹੋਊਗੀ ਆਪਾਂ ਉਹ ਤੁਹਾਨੂੰ ਜ਼ਰੂਰ ਰੋਜ਼ ਹੀ ਪਾਈ ਕਰਾਂਗੇ ਵੀਡੀਓ ਤੇ ਠੀਕ ਆ ਜੀ ਫਿਰ ਮਿਲਦੇ ਆਂ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਅਗਲੀ ਅਪਡੇਟ ਦੇ ਨਾਲ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ